अस्सलामुअलैकुम दोस्तों दोस्तों आज मैं आया हूँ पट्ठे बटन। ਪੰਡਲ ਤੋਂ ਪਾਰ ਜਿਹਨੂੰ ਆਖਦੇ ਅਸੀਂ ਉਹ ਹੈ ਦੁਨੀਆਂ 'ਚ ਸਰੂਰ ਦੇ ਨੰਗੀਆਂ ਤੋਂ ਜਾਣੇ ਸਰੂਰ ਇਹਨਾਂ ਨਾਲ ਵਾੜੀਆਂ ਹੋਈਆਂ ਨੇ ਉਹਨਾਂ ਨੂੰ ਵੱਢ ਕੇ ਅਤੇ ਦੁਨੀਆਂ 'ਚ ਰਸਤਾ ਬਣਾਇਆ ਗਿਆ ਅਤੇ ਇੱਥੇ ਹਰ ਸੰਡੇ ਨੂੰ ਇਤਵਾਰ ਨੂੰ ਅਤੇ ਸੂਰ ਦਾ ਸ਼ਿਕਾਰ ਹੁੰਦਾ ਇੱਥੇ ਅਕਸਰ ਲੋਕ ਨੇ ਜਿਹੜੇ ਉਹ ਡੰਗਰ ਸ਼ੰਗਰ ਵੀ ਚਰਾਉਂਦੇ ਨੇ ਮਾਲ ਡੰਗਰ ਮੱਝਾਂ ਛੱਜਾਂ ਵਗੈਰਾ ਗਾਏ ਇਸ ਤਰ੍ਹਾਂ ਮੇਰੇ ਸਾਹਮਣੇ ਟਰਾਲੀ ਹੈ ਟਰਾਲੀ ਜਾ ਰਹੀ ਸੀ ਕੂੜਾ ਬਹੁਤ ਜ਼ਿਆਦਾ ਹੈ ਚੱਲ ਰਸਤੇ 'ਚ ਬਹੁਤ ਜ਼ਿਆਦਾ ਖੱਡੇ ਨੇ ਬਾਈਕ 'ਤੇ ਵੀ ਖੇਲੇ ਨੇ ਦੋਸਤੋ ਮੈਂ ਇੱਥੇ ਆ ਗਿਆ ਔਰ ਪਿੱਛੇ ਤੱਕ ਸਕਦੇ ਪੱਠੇ ਪਈ ਬਹੁਤ ਛੋਟੇ ਨੇ ਇਹ ਮੂਲੀਆਂ ਨੇ ਅਭੀ ਛੋਟੀਆਂ ਛੋਟੀਆਂ ਨੇ ਅਤੇ ਸ਼ਲਜਮ ਤੁਲਾ ਕੇ ਲੈ ਗਏ ਨੇ ਗੋਂਗਲੂ ਛੋਟਾ ਜਿਹਾ ਬਹੁਤ ਛੋਟਾ ਸਾਰਾ ਪਰ ਖਾ ਹੀ ਲੈਂਦੇ ਛੋਟਾ ਸੀ ਦੋਸਤੋ ਗੋਂਗਲੂ ਬਹੁਤ ਮਿੱਠਾ ਸੀ ਔਰ ਖਤਮ ਹੋ ਗਿਆ ਅਤੇ ਇੱਥੋਂ ਪੱਠੇ ਵੀ ਖਤਮ ਹੋ ਗਏ ਜਿਹੜੇ ਹੈ ਨੇ ਉਹ ਛੋਟੇ ਨੇ ਜੀ ਅਤੇ ਨਹੀਂ ਵੱਡੇ ਨੇ ਜੇ ਛੋਟੇ ਨਹੀਂ ਹੈ ਦੂਜੀ ਸਾਈਡ ਵਾਲੇ ਬਹੁਤ ਛੋਟੇ ਦੋਸਤੋ ਅਤੇ ਹੁਣ ਚਲੀਏ ਵਾਪਸ ਡੇਰੇ 'ਤੇ ਦੋਸਤੋ ਸਾਡਾ ਪਿੰਡ
ਘੋੜੀ ਲੈ ਕੇ ਆਉਂਦੇ ਨੇ ਬਾਬਾ ਜੀ। ਹਾਂ ਜੀ ਸੁਣਾਓ ਕੀ ਹਾਲ ਹੈ। ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਵੇ ਜੀ। ਅਗਰ ਪਸੰਦ ਆਉਂਦੀ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫਾਰ ਵਾਚਿੰਗ। ਅੱਲਾਹ ਹਾਫਿਜ਼। When there's no more hope is left in me.